ਮੈਂ ਸਰਵਨ ਸਿੰਘ ਪਨੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਪੈਨਲ ਸੈਕਟਰ ਬੋਲਦਾ ਜੀ। 10 ਲੱਖ ਤੋਂ ਉੱਪਰ ਟਰੈਕਟਰ, 50 ਲੱਖ ਤੋਂ ਉੱਪਰ ਕਿਸਾਨ ਮਜ਼ਦੂਰ ਨੌਜਵਾਨ, ਜਦੋਂ ਅਸੀਂ ਰਿੰਗ ਰੋਡ ਨੂੰ ਲੰਘੇ ਆ, 3-4 ਨਾਕੇ ਤੋੜੇ ਆ ਜਿੱਥੇ ਹੰਝੂ ਗੈਸ ਹੋਏ ਆ, ਉਹਦੇ 'ਚ ਇਸ ਕਿਸਮ ਦੀ ਕੋਈ ਘਟਨਾ ਨਹੀਂ ਵਾਪਰੀ ਹੈਗੀ। ਰਿੰਗ ਰੋਡ 'ਤੇ ਪ੍ਰਦਰਸ਼ਨ ਕਰਕੇ ਸਾਡੀ ਸਾਰੀ ਸੂਬੇ ਦੀ ਟੀਮ ਲਗਭਗ ਅੱਗੇ ਸੀ, ਉਹਨੇ DTO ਤੋਂ ਬੰਦੇ ਮੋੜ ਕੇ ਸਾਰੇ ਵਾਪਸ ਆਪਦੇ ਕੈਂਪ ਨੂੰ ਲੈਂਦੇ। ਇੰਨਾ ਵੱਡਾ ਪ੍ਰੋਗਰਾਮ ਜਿਹੜਾ ਬਹੁਤ ਅਮਨ ਅਮਾਨ ਦੇ ਨਾਲ ਸਿਰੇ ਚੱਲਿਆ, ਦਿੱਲੀ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਿੱਲੀ ਵਾਸੀਆਂ ਨੇ ਲੱਖਾਂ ਰੁਪਈਏ ਖਰਚ ਕੇ ਜਾਂ ਲੰਗਰ ਲਾਇਆ ਵਾ, ਜਿਹੜੀ ਲੋਕਾਂ ਦੀ ਸੇਵਾ ਕੀਤੀ ਆ, ਰਾਮਾਂ ਦਾ ਨਹੀਂ ਸੀ ਪਤਾ ਰਾਹ ਦੱਸਿਆ, ਉਹਨਾਂ ਸਾਰਿਆਂ ਦਾ ਧੰਨਵਾਦ ਆ ਜਿਹੜੇ ਲੋਕ ਵਿੱਚ ਸ਼ਾਮਿਲ ਹੋਏ ਆ, ਸ਼ਾਮਿਲ ਹੋ ਕੇ ਵਾਪਸ ਆਪੋ ਆਪਣੇ ਟਿਕਾਣਿਆਂ 'ਤੇ, ਗਾਜ਼ੀ ਬਾਰਡਰ, ਗਾਜ਼ੀਪੁਰ ਬਾਰਡਰ, ਟਿੱਕਰੀ ਬਾਰਡਰ, ਪਰਵਲ, ਹੋਰਨਾਂ ਥਾਵਾਂ 'ਤੇ ਆ ਕੇ ਵਾਪਸ ਹੋਏ ਆ, ਸਾਰਿਆਂ ਦਾ ਧੰਨਵਾਦ। ਭਰਾਓ, ਅਸੀਂ ਪਹਿਲੋਂ ਵੀਡੀਓ ਵਾਇਰਲ ਕਰਕੇ ਲਗਾਤਾਰ ਬੋਲਦੇ ਰਹੇ, ਐਡੇ ਵੱਡੇ ਪ੍ਰੋਗਰਾਮ ਦੇ ਵਿੱਚ RS ਬੰਦੇ ਆਪਦੇ ਵਾਰ 'ਤੇ ਸ਼ਰਾਰਤ ਕਰਵਾ ਸਕਦੀ ਆ। ਹੁਣ ਦੇਖੋ ਜੀ, ਐਡਾ ਵੱਡਾ ਪ੍ਰੋਗਰਾਮ ਹੈ, ਭਾਵੇਂ ਸਾਡੀ ਜਥੇਬੰਦੀ ਦਾ ਕੋਈ ਇਰਾਦਾ ਨਹੀਂ ਸੀ ਕਿ ਲਾਲ ਕੁਲਦੀ ਨੇ, ਅਸੀਂ ਪਹਿਲਾਂ ਕਹਿਤਾ ਸੀ ਨਾ ਪਰੇਡ 'ਤੇ ਜਾਣਾ, ਹੁਣ ਪਰੇਡ ਵਾਲੇ ਪਾਸੇ ਤਾਂ ਸਾਡੇ ਬੰਦੇ ਗਏ ਗਏ ਨੇ, ਉਹ ਪੋਸਟਲ ਗੱਲ ਨਹੀਂ, ਨਾ ਲਾਲ ਕੁਲਦੀ ਜਾਣਾ, ਨਾ ਕਿ ਸਮਾਰਕ 'ਤੇ ਕਬਜ਼ਾ ਲੈਣਾ, ਨਾ ਕੋਈ ਹਥਿਆਰ ਲੈ ਕੇ ਜਾਣਾ, ਪੁਰਾਪਨ ਤਰੀਕੇ ਨਾਲ ਰਿੰਗ ਰੋਡ 'ਤੇ ਜਾਣਾ, ਉਸ ਤੋਂ ਵਾਪਸ ਹੋ ਕੇ ਵਾਪਸ ਆ ਜਾਣਾ। ਹੁਣ ਉਹਦੇ 'ਚੋਂ ਐਡਾ ਵੱਡਾ ਪ੍ਰੋਗਰਾਮ ਜੇ ਸਫਲਤਾ ਨਾ ਹੋ ਗਿਆ, ਉਹਦੇ 'ਚੋਂ ਸਾਡੇ ਸਧਾਰਨ ਕਿਸਾਨ ਜਾਂ ਕੋਈ ਨਿਹੰਗ ਸਿੰਘ ਜਾਂ ਹੋਰ ਬੰਦੇ, ਕੋਈ ਬੰਦਾ ਵਰਗਲਾ ਕੇ ਲਾਲ ਕਿਲੇ ਵਾਲੇ ਪਾਸੇ ਲੈ ਗਿਆ, ਕੋਈ ਇਹੋ ਜਿਹੇ ਸਮਾਜਿਕ ਤੱਤ ਹੁੰਦੇ ਆ, ਲੱਖਾਂ ਲੋਕਾਂ ਨੂੰ ਇੱਕ ਹੀ ਭੜਕਾਉਣ ਲਈ ਬਹੁਤ ਹੁੰਦਾ, ਪਰ ਜੇ ਉਹ ਗਏ ਆ ਤਾਂ ਉਹਨਾਂ ਕੀਤਾ ਕੀ ਆ? ਪਰ ਜਿਹੜਾ ਉੱਥੇ ਦੇਸ਼ ਦਾ ਤਿਰੰਗਾ ਲੱਗਾ ਸੀ, ਰਾਸ਼ਟਰੀ ਝੰਡਾ, ਉਹਦਾ ਕੋਈ ਅਪਮਾਨ ਨਹੀਂ ਕੀਤਾ, ਉੱਥੇ ਨਿਸ਼ਾਨ ਸਾਹਿਬ ਜਾ ਕੇ ਲਾ ਦਿੱਤਾ, ਉਹੀ ਨਿਸ਼ਾਨ ਸਾਹਿਬ ਜਿਹੜਾ ਚਾਈਨਾ ਦੇ ਬਾਰਡਰ 'ਤੇ ਜਦੋਂ ਰਾਜਨਾਥ ਜੀ ਕੀ ਡਿਫੈਂਸ ਮਿਨਿਸਟਰ ਗਏ ਸੀ, ਉਹਨਾਂ ਨੇ ਉਹਦੇ ਨਾਂ 'ਤੇ ਜੈਕਾਰੇ ਲਾਏ ਸੀ, ਉਹੀ ਉਹੀ ਆ। ਸੋ ਇਸ ਕਰਕੇ ਇਹੋ ਜੀ, ਇਹਨੂੰ ਜਦੋਂ ਸਾਨੂੰ ਪਤਾ ਲੱਗਾ ਵੀ ਬੰਦੇ ਉੱਥੇ ਚਲੇ ਗਏ, ਅਸੀਂ ਅਪੀਲ ਕਰਕੇ ਸਾਰੇ ਬੰਦੇ ਵਾਪਸ ਮਨਾਇਆ, ਸਾਡਾ ਕੋਈ ਲਾਲ ਕਿਲੇ ਦਾ ਉੱਥੇ ਝੰਡਾ ਫਲਾਉਂਦਾ ਕੋਈ ਪ੍ਰੋਗਰਾਮ ਨਹੀਂ, ਆਊਟਰ ਰਿੰਗ ਰੋਡ 'ਤੇ ਜਾ ਕੇ ਮਾਰਚ ਕਰਕੇ ਵਾਪਸ ਆਉਣਾ, ਔਰ ਲਗਭਗ 90% ਬੰਦੇ ਪ੍ਰੋਗਰਾਮ ਕਰਕੇ ਆਇਆ। ਸੋ ਛੋਟੀ ਜੀ ਗੱਲ ਨੂੰ ਇੰਨਾ ਬਾਹਰ ਕੇ ਸਾਰੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ। ਅੱਜ ਵੇਖੋ ਸੰਗਤਾਂ ਦਾ ਬਿਆਨ ਹੋਇਆ ਸਲੈਬ, ਜਿਹੜਾ ਸਿੰਘੂ ਬਾਰਡਰ ਤੇ ਬੈਠੇ ਆ, ਦੋ ਤਿੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਬਹੁਤ ਵੱਡਾ ਵਿਲੱਖਣ ਤੇ ਅਨੋਖਾ ਇਤਿਹਾਸ ਹੈ, ਪਛਾਣੇ ਜਾਂਦੇ ਆ। ਉਸ ਟਾਈਮ ਤੇ ਜਦੋਂ ਮੁਗਲਾਂ ਨੇ ਹਾਦਸਾ ਹੋਇਆ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਮੁਕਤੀ ਕੀਤੀ, ਬਾਬਾ ਜੀ ਸਾਬੋ ਦੀ ਤਲਵੰਡੀ ਤੋਂ ਚੱਲ ਕੇ ਅਰਦਾਸਾ ਸੁਰ ਕੇ, ਜਿਹੜਾ ਕੋ ਨੌਜਵਾਨ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸ਼ਹਾਦਤ ਮੁਗਲਾਂ ਨੂੰ ਯਾਦ ਕਰਾਉਣਾ ਕਰਦੇ ਹੋ, ਸ਼ਹਾਦਤ ਉਹਨਾਂ ਦੇ ਆਉਂਦਿਆਂ ਆਉਂਦਿਆਂ ਬਹੁਤ ਵੱਡਾ ਜਥਾ ਜਿਹੜਾ ਨਾਲ ਜੁੜ ਗਿਆ, ਲਾਲਾ ਸਾਹਿਬ ਦੇ ਸਥਾਨ ਤੇ ਵਾਰ ਸਾਂਝੇ ਹੋ ਗਏ ਤੇ ਬਾਬਾ ਜੀ ਦਾ ਸੀਸ ਜਿਹੜਾ ਸੀ ਧੜਨੋਂ ਜੁਦਾ ਹੋ ਗਿਆ, ਤਾਂ ਉਸ ਟਾਈਮ ਤੇ ਲਾਲ ਦੇ ਸਿੰਘ ਕਹਿਣ ਲੱਗਿਆ ਆਪਾਂ ਤਾਂ ਅਰਦਾਸਾ ਕੀਤਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ, ਤਾਂ ਉਹਨਾਂ ਨੇ ਖੱਬੀ ਤਲੀ 'ਤੇ ਸੀਸ ਰੱਖ ਕੇ ਹੱਥ ਵਿੱਚ ਖੰਡਾ ਦੋ ਧਾਰਾ ਫੜ ਕੇ 18 ਕਿਲੋ ਦਾ, ਔਰ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਆਪਣਾ ਸੀਸ ਜਿਹੜਾ ਸੀ ਭੇਟ ਕੀਤਾ, ਉੱਥੋਂ ਦੀ ਮਰਿਆਦਾ ਬਹਾਲ ਕੀਤੀ, ਔਰ ਉੱਥੋਂ ਦਾ ਸਾਰਾ ਜਿਹੜਾ ਪ੍ਰਬੰਧ ਸੀ ਉਹਨੂੰ ਠੀਕ ਕੀਤਾ, ਔਰ
ਸ਼ੂਰਾ ਸੋਪੇ ਚਾਨੀਆਂ ਜੋ ਲੜੇ ਦੀ ਖੇਤ ਪੁਰਜਾ ਪੁਰਜਾ ਕਟ ਮਰੇ ਕਬੂਲ ਛੱਡੇ ਖੇਤ ਉਹਨਾਂ ਮਹਾਨ ਸੰਤਾਂ ਮਹਾਨ ਮਹਾਂਪੁਰਖਾਂ ਮਹਾਨ ਜਰਨੈਲਾਂ ਦਾ ਅੱਜ ਬਹੁਤ ਵੱਡਾ ਵੱਡੇ ਪੱਧਰ 'ਤੇ ਜਿਹੜਾ ਹੈ ਇਹ ਦਿਨ ਇੱਥੇ ਮਨਾਇਆ ਜਾ ਰਿਹਾ। ਕਿੰਨੀਆਂ ਸਜਾਵਟਾਂ ਕੀਤੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਔਰ ਇਸੇ ਤਰ੍ਹਾਂ ਇਹ ਬਹੁਤ ਵੱਡੇ ਪ੍ਰਬੰਧ, ਫਿਰ ਲੰਗਰਾਂ ਦੇ ਪ੍ਰਬੰਧ, ਫਿਰ ਅੰਦਰ ਜਿਹੜੀ ਸਜਾਵਟਾਂ ਦੇ ਪ੍ਰਬੰਧ ਔਰ ਸਾਰੇ ਪ੍ਰਬੰਧ ਜਿਹੜੇ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਨੇ ਔਰ ਅਸੀਂ ਸੇਵਾਦਾਰਾਂ ਦਾ ਫਰਜ਼ ਹੈ ਉਹ ਆਈ ਹੋਈ ਸੰਗਤ ਦੀ ਸੇਵਾ ਕਰਨ ਅਤੇ ਸੰਗਤਾਂ ਦਾ ਵੀ ਹੜ ਹੈ। ਇੱਥੇ ਇਕੱਲਾ ਸ਼੍ਰੋਮਣੀ ਕਮੇਟੀ ਨਹੀਂ ਸੇਵਾ ਕਰਦੀ, ਹੋਰ ਬਹੁਤ ਸਾਰੀਆਂ ਸਿੱਖ ਸਭਾਵਾਂ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਆਣ ਕੇ ਸੰਯੋਗ ਅਤੇ ਸਾਥ ਜਿਹੜੀਆਂ ਦਿੰਦੀਆਂ ਨੇ ਤਾਂ ਇਹ ਐਡੇ ਵੱਡੇ ਪ੍ਰਬੰਧ ਜਿਹੜੇ। ਭਾਈ ਸਾਹਿਬ, ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ, ਕੱਲ੍ਹ ਇੱਕ ਕਿਲ੍ਹੇ ਦੇ ਉੱਤੇ ਝੰਡਾ ਲਗਾਇਆ ਗਿਆ, ਕਈ ਕਿਸਾਨ ਸ਼ਹੀਦ ਹੋਏ ਨੇ, ਕੀ ਕਹਿਣਾ ਚਾਹੁੰਦੇ? ਝੰਡਾ ਉਹ ਗੁਰੂ ਦਾ ਹੈ, ਕਾਲ ਪੁਰਖ ਦਾ ਝੰਡਾ ਹੈ, ਚੜ੍ਹਾਇਆ ਗਿਆ, ਬਹੁਤ ਚੰਗਾ ਹੋਇਆ, ਮਾੜਾ ਨਹੀਂਗਾ, ਕਿਉਂਕਿ ਨਾਲ ਦੂਸਰਾ ਝੰਡਾ ਵੀ ਜਿਹੜਾ ਸੀ ਉਹ ਵੀ ਚੜ੍ਹਿਆ ਸੀ ਅਤੇ ਨਾਲ ਜਿਹੜਾ ਇਹ ਖਾਲਸਾ ਪੰਥ ਦਾ ਝੰਡਾ ਵੀ ਚੜ੍ਹ ਗਿਆ, ਕਿਉਂਕਿ ਜੰਗੇ ਆਜ਼ਾਦੀ ਵਿੱਚ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ, ਜੇ 100 ਕੁਰਬਾਨੀ ਤਾਂ 80 ਤਾਂ ਸਿੱਖਾਂ ਨੇ ਕੀਤੀਆਂ, ਪੰਜਾਬੀਆਂ ਨੇ ਕੀਤੀਆਂ ਨੇ। ਔਰ ਜਿਹੜਾ ਅੱਜ ਮੁੱਦਾ ਹੈ, ਉੱਥੇ 3 ਕਾਲੇ ਕਾਨੂੰਨ ਮੋਦੀ ਹੋਣਾਂ ਨੇ ਬਣਾ ਤੇ ਜਿਹੜੇ ਸਰਾਸਰ ਗਲਤ, ਔਰ ਉਹਦੇ ਵਾਸਤੇ ਕਿਸਾਨਾਂ ਨੇ ਬੜੇ ਧੀਰਜ ਨਾਲ ਬੜੇ ਤੰਬਲ ਦੇ ਨਾਲ ਉੱਥੇ ਜਿਹੜੀ ਆ ਪਰੇਡ ਜਿਹੜੀ ਹੈ ਕੀਤੀ ਹੈ ਔਰ ਉਹ ਪਰੇਡ ਕਰਕੇ ਉਹਨਾਂ ਨੇ ਅਤੇ ਉੱਥੇ ਜਿਹੜਾ ਬਾਬਾ ਬਘੇਲ ਸਿੰਘ ਨੇ ਜਿਸ ਤਰ੍ਹਾਂ ਉੱਥੇ ਝੰਡਾ ਚੜ੍ਹਾਇਆ ਸੀ ਖਾਲਸਾ ਪੰਥ ਦਾ, ਉਹ ਖਾਲਸਾ ਪੰਥ ਦਾ ਝੰਡਾ ਜਿਹੜਾ ਹੈ ਉਹ ਨੌਜਵਾਨਾਂ ਨੇ ਚੜ੍ਹਾਇਆ। ਨਾਲ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਕੇਸਾਂ ਦੇ ਡਰਾਵੇ ਦਿੰਦੇ ਹੋ, ANI ਕੋਈ ਹੋਰ ਇੱਕ ਬਣਾਈ ਏਜੰਸੀ, ਇਹੋ ਜਿਹੀਆਂ 36 ਏਜੰਸੀਆਂ ਖਾਲਸਾ ਪੰਥ ਨੇ ਅੱਗੇ ਵੇਖੀਆਂ ਨੇ ਔਰ ਆਉਣ ਵਾਲੇ ਟਾਈਮ ਵਿੱਚ 3 ਮੰਗਾਂ ਮੰਨ ਲਓ ਔਰ ਸਾਡਾ ਕਿਸਾਨਾਂ ਨੂੰ ਨਾ ਜਾੜੋ, ਸਾਡੇ ਮੂੰਹ 'ਚੋਂ ਰੋਟੀ ਨਾ ਖੋਵੋ, ਸਾਡੇ ਨਿਆਣਿਆਂ ਦਾ ਭਵਿੱਖ ਧੁੰਦਲਾ ਨਾ ਕਰੋ, ਔਰ ਜਿੰਨਾ ਚਿਰ 3 ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਹਨਾਂ ਚਿਰ ਅਸੀਂ ਉੱਥੋਂ ਜਿਹੜਾ ਹੈ ਉਹ ਵਾਪਸ ਨਹੀਂ ਆਉਣਾ, ਸਾਰੇ ਕਾਨੂੰਨ ਵਾਪਸ ਕਰਾ ਕੇ ਆਉਣੇ ਹਾਂ ਔਰ ਚੜ੍ਹਦੀ ਕਲਾ ਨਾਲ ਇਸ ਕਰਕੇ। ਹਾਂਜੀ, ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵਿੰਦਰ ਸਿੰਘ ਡਾਲੇਕੇ, ਗ੍ਰੰਥੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ। ਜੋ ਅੱਜ ਦਾ ਦਿਨ ਧੰਨ ਧਾਰਨ ਬਾਬਾ ਦੀਪ ਸਿੰਘ ਜੀ, ਜੋ ਅੱਜ ਦਾ ਦਿਨ 14 ਮਾਘ ਹੈ, 14 ਮਾਘ 1682 ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਜਿਹੜਾ ਵਾ ਪਿੰਡ ਪਹੂ ਪਿੰਡ ਵਿਖੇ ਭਾਈ ਭਗਤਾ ਜੀ ਦੇ ਗ੍ਰਹਿ ਮਾਤਾ ਜਿਉਣੀ ਜੀ ਦੇ ਕੁੱਖੋਂ ਹੋਇਆ। ਔਰ ਬਾਬਾ ਜੀ ਦਾ ਬਚਪਨ ਦਾ ਨਾਮ ਜਿਹੜਾ ਵਾ ਉਹ ਦੀਪਾ ਰੱਖਿਆ ਗਿਆ। ਸਮਾਂ ਪਾ ਕੇ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਨੇ, ਪਰਿਵਾਰ ਲੈ ਕੇ ਗਏ ਨੇ, ਸਾਰੇ ਪਰਿਵਾਰ ਨੇ ਅੰਮ੍ਰਿਤਪਾਨ ਕੀਤਾ ਹੈ ਔਰ ਭਾਈ ਭਗਤਾ ਜੀ ਭਾਈ ਭਗਤ ਸਿੰਘ ਜੀ ਬਣ ਗਏ, ਮਾਤਾ ਜਿਉਣ ਜੀ ਮਾਤਾ ਜਿਉਣ ਕੌਰ ਜੀ ਬਣ ਗਏ ਔਰ ਭਾਈ ਦੀਪਾ ਜੀ ਤੋਂ ਭਾਈ ਦੀਪਾ ਸਿੰਘ ਜੀ ਬਣ ਗਏ। ਸਮਾਂ ਆਇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਅਥਾਹ ਸਿੱਖੀ ਦੀ ਸੇਵਾ ਕੀਤੀ, ਕਲਗੀਧਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰਹੇ ਨੇ। ਹੁਣ ਜਿਸ ਅਸਥਾਨ 'ਤੇ ਆਪਾਂ ਇੱਥੇ ਖੜ੍ਹੇ ਹਾਂ, ਇਹ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਨਾਲ ਨਾਲ ਪ੍ਰਸਿੱਧ ਹੈ। ਜਦੋਂ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਜੀ ਨੂੰ ਇਸ ਚੀਜ਼ ਦਾ ਪਤਾ ਲੱਗਾ, ਗੱਲ ਦਾ ਪਤਾ ਲੱਗਾ ਕਿ ਅਬਦਾਲੀ ਦੀਆਂ ਫੌਜਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਹੈ, ਔਰ ਜਦੋਂ ਬਾਬਾ ਜੀ ਨੂੰ ਇਸ ਚੀਜ਼ ਦਾ ਪਤਾ ਲੱਗਾ, ਬਾਬਾ ਜੀ ਉੱਥੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਉਤਾਰਾ ਕਰ ਰਹੇ ਸੀ, ਉੱਥੋਂ ਫਿਰ ਬਾਬਾ ਜੀ ਚੱਲੇ ਨੇ ਅਰਦਾਸ ਕਰਕੇ ਚੱਲੇ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕੀਤੀ ਹੈ। ਅਤੇ ਜਿਹੜਾ ਪ੍ਰਾਣ ਹੈ ਅਨੋਖਾ ਕੀਤਾ ਹੈ, ਇਹੋ ਜਿਹਾ ਪ੍ਰਾਣ ਇਤਿਹਾਸ ਵਿੱਚ ਕਿਤੇ ਵੀ ਨਹੀਂ ਆਉਂਦਾ ਕਿ ਬਾਬਾ ਜੀ ਨੇ ਅਰਦਾਸ ਕੀਤੀ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੰਨਾਂ ਚਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਹਨਾਂ ਚਿਰ ਸ਼ਹੀਦੀ ਨਹੀਂ ਪ੍ਰਾਪਤ ਕਰਾਂਗੇ। ਵੇਖੋ, ਆਪਾਂ ਜੇ ਇਤਿਹਾਸ ਨੂੰ ਪੜਚੋਲੀਏ ਤਾਂ ਕਈ ਥਾਵਾਂ 'ਤੇ ਮਿਲਦਾ ਹੈ ਕਿ ਇਹ ਕੰਮ ਨਾ ਹੋਇਆ ਤਾਂ ਮੈਂ ਸ਼ਹੀਦੀ ਪ੍ਰਾਪਤ ਕਰ ਜਾਵਾਂਗਾ ਜਾਂ ਖਤਮ ਹੋ ਜਾਵਾਂਗਾ। ਬਾਬਾ ਜੀ ਦਾ ਪ੍ਰਣ ਅਨੋਖਾ ਹੈ, ਜਿਹਨਾਂ ਨੇ ਇਹ ਪ੍ਰਣ ਕੀਤਾ ਵੀ ਸ਼ਹੀਦੀ ਨਹੀਂ ਪ੍ਰਾਪਤ ਕਰਾਂਗੇ ਜਿੰਨਾ ਚਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾਇਆ ਜਾਂਦਾ। ਉਹ ਪ੍ਰਣ ਫਿਰ ਪੂਰਾ ਵੀ ਕੀਤਾ, ਜੋ ਚੱਬੇ ਦੇ ਮੈਦਾਨ ਦੇ ਵਿੱਚ ਲਹੂ ਡੋਲਵੀਂ ਜਿਹੜੀ ਹੈ ਉਹ ਲੜਾਈ ਹੋਈ ਹੈ, ਇੱਕ ਬੰਨੇ 10,000 ਹੈ, ਇੱਕ ਬੰਨੇ 40,000 ਹੈ, ਮੁਗਲ ਫੌਜਾਂ 40,000 ਹੈ, ਉੱਥੇ ਫਿਰ ਘਮਸਾਨ ਦਾ ਯੁੱਧ ਜਿਹੜਾ ਵਾ ਉਹ ਹੋਇਆ।
ਬਖਸ਼ੀ ਜਹਾਨ ਖਾਨ ਦੇ ਨਾਲ ਸਾਂਝੇ ਵਾਰ ਦੇ ਵਿੱਚ ਬਾਬਾ ਦੀਪ ਸਿੰਘ ਜੀਆਂ ਦਾ ਪਾਵਨ ਜਿਹੜਾ ਸੀਸ ਉਹ ਧੜ ਤੋਂ ਅਲੱਗ ਹੋਇਆ। ਜਹਾਨ ਖਾਨ ਸਦਾ ਦੀ ਨੀਂਦ ਸੌਂ ਗਿਆ, ਭਾਵ ਕਿ ਮੌਤ ਦੇ ਘਾਟ ਬਾਬਾ ਜੀ ਨੇ ਉਤਾਰ ਦਿੱਤਾ ਖੰਡੇ ਦੇ ਨਾਲ। ਉਹ ਫਿਰ ਬਚਨ ਸਿੰਘ ਨੇ ਚੇਤੇ ਕਰਾਇਆ ਬਾਬਾ ਜੀ ਨੂੰ ਕਿ ਬਾਬਾ ਜੀ ਆਪ ਜੀ ਦਾ ਬਚਨ ਸੀ ਕਿ ਜਿੰਨਾ ਚਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਸ਼ਹੀਦੀ ਨਹੀਂ ਪ੍ਰਾਪਤ ਕਰਾਂਗੇ। ਫਿਰ ਬਾਬਾ ਜੀ ਫਿਰ ਉੱਥੋਂ ਸੀਸ ਜਿਹੜਾ ਵਾ ਖੱਬੀ ਤਲੀ 'ਤੇ ਟਕਾਇਆ, ਸੱਜੇ ਹੱਥ ਦੇ ਨਾਲ ਫਿਰ ਖੰਡਾ ਵਾਹਿਆ ਹੈ। ਇਹੋ ਜੀ ਅਨੋਖੀ ਸ਼ਹੀਦੀ ਵੀ ਕਿਤੇ ਨਹੀਂ ਆਪਾਂ ਨੂੰ ਮਿਲਦੀ ਕਿ ਸੀਸ ਵੱਖਰਾ ਹੈ ਅਤੇ ਧੜ ਵੱਖਰਾ ਹੈ। ਬਾਬਾ ਜੀ ਫਿਰ ਮੈਦਾਨੇ ਜੰਗ ਦੇ ਵਿੱਚ ਜਦੋਂ ਦੁਸ਼ਮਣਾਂ ਨੂੰ ਭਾਜੜਾਂ ਪਈਆਂ ਵੀ ਕਿਹੋ ਜਿਹੇ ਸਿੰਘ ਨੇ ਜਿਨ੍ਹਾਂ ਦੇ ਸਿਰ ਵੀ ਨਹੀਂ ਸੀਸ ਵੀ ਹੈ ਨਹੀਂ ਗੇ, ਸੀਸ ਵੱਖਰਾ ਧੜ ਵੱਖਰਾ ਹੈ। ਫਿਰ ਮੁਗਲ ਫੌਜਾਂ ਨੂੰ ਉੱਥੇ ਭਾਜੜਾਂ ਪਈਆਂ, ਹਫੜਾ ਦਫੜੀ ਮੱਚੀ ਹੈ, ਜੰਗ ਦਾ ਮੈਦਾਨ ਬਾਬਾ ਜੀ ਨੇ ਜਿੱਤਿਆ। ਜੋ ਅਰਦਾਸ ਕੀਤੀ ਸੀ ਬਾਬਾ ਜੀ ਨੇ ਉਹ ਅਰਦਾਸ ਪੂਰੀ ਕੀਤੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਵਾਇਆ ਅਤੇ ਆਪਣਾ ਪਾਵਨ ਜਿਹੜਾ ਸੀਸ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪ੍ਰਕਰਮਾਂ ਦੇ ਵਿੱਚ ਉੱਥੇ ਬਾਬਾ ਜੀ ਦਾ ਅਸਥਾਨ ਬਣਿਆ ਜਿੱਥੇ ਸੀਸ ਭੇਟਾ ਕੀਤਾ ਗਿਆ। ਇਸ ਪਾਵਨ ਪਵਿੱਤਰ ਅਸਥਾਨ 'ਤੇ ਬਾਬਾ ਜੀ ਦੇ ਪਾਵਨ ਧੜ ਦਾ ਜਿਹੜਾ ਵਾ ਉਹ ਸਰੀਰ ਦਾ ਜਿਹੜਾ ਇੱਥੇ ਸੰਸਕਾਰ ਕੀਤਾ ਗਿਆ। ਇੱਥੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਨੇ, ਦੂਰ ਦੁਰਾਡੇ ਤੋਂ ਆਉਂਦੀਆਂ ਨੇ, ਔਰ ਸੰਗਤਾਂ ਦੇ ਰਹਿਣ ਦਾ ਵੀ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਬੜੇ ਸੁਚੱਜੇ ਢੰਗ ਦੇ ਨਾਲ ਕੀਤਾ ਜਾ ਰਿਹਾ ਅਤੇ ਹਰ ਸਾਲ ਕੀਤਾ ਜਾਂਦਾ ਹੈ। ਸੰਗਤਾਂ ਇੱਥੇ ਨਤਮਸਤਕ ਹੋ ਕਰਕੇ ਜੋ ਵੀ ਅਰਦਾਸਾਂ ਕਰਵਾ ਕੇ ਜਾਂਦੀਆਂ ਨੇ ਅਤੇ ਉਹ ਅਰਦਾਸਾਂ ਸੰਗਤਾਂ ਦੀਆਂ ਬਾਬਾ ਜੀ ਦੇ ਘਰ ਵਿੱਚ ਪੂਰੀਆਂ ਹੁੰਦੀਆਂ, ਫਿਰ ਆ ਕੇ ਸਤਿਗੁਰਾਂ ਜੀ ਦਾ ਸ਼ੁਕਰਾਨੇ ਵਜੋਂ ਹਾਜ਼ਰੀਆਂ ਭਰਦੀਆਂ ਨੇ। ਸੋ ਇਸ ਅਸਥਾਨ ਦਾ ਜਿਹੜਾ ਵਾ ਇਹ ਇਤਿਹਾਸ ਹੈਗਾ, ਇੱਥੇ ਬਾਬਾ ਜੀ ਦਾ ਸੰਸਕਾਰ ਹੋਇਆ ਅਤੇ ਸੰਗਤਾਂ ਬੜੀ ਸ਼ਰਧਾ ਭਾਵ ਦੇ ਨਾਲ ਜਨਮ ਦਿਹਾੜਾ ਮਨਾ ਰਹੀਆਂ ਨੇ। ਸੋ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।